ਆਦਾਬ ਸਤਿ ਸ਼੍ਰੀ ਅਕਾਲ ਵੜਕਮ ਐਂਡ ਵੈਲਕਮ ਆਲ ਆਫ ਯੂ ਹੇਅਰ। ਜੀ ਹਾਂ, ਇਸ ਟਰੋਫੀ ਕੇ ਅੰਦਰ ਕੁਛ ਨਗਮੇ ਹੈ, ਕੁਛ ਡਾਇਮੰਡਸ ਹੈ। ਉਨ ਡਾਇਮੰਡਸ ਕੋ ਔਰ ਜ਼ਿਆਦਾ ਚਮਕਾਨੇ ਕੇ ਲਈ, ਉਨ ਡਾਇਮੰਡਸ ਮੇਂ ਔਰ ਡਾਇਮੰਡਸ ਐਡ ਕਰਨੇ ਕੇ ਲਈ ਆਜ ਹਮਾਰੇ ਸਾਥ ਏਕ ਔਰ ਡਾਇਮੰਡ ਪਰਸਨੈਲਿਟੀ ਹੈ, ਜਾਨੂ ਰਾਖੀ ਜੀ। ਤੋ ਮੈਂ ਇਨਕਾ ਦਿਲ ਸੇ ਇਸਤਕਬਾਲ ਕਰਨਾ ਚਾਹਤਾ ਹੂੰ, ਇਨਕਾ ਸਵਾਗਤ ਕਰਨਾ ਚਾਹਤਾ ਹੂੰ ਸੋਨੋਟੈਕ ਕੈਸੇਟਸ ਔਰ ਮੈਨਾ ਕੈਸੇਟਸ ਕੇ ਮਾਧਿਅਮ ਸੇ। ਰਾਮ ਰਾਮ ਜੀ। ਰਾਮ ਰਾਮ ਜੀ। ਸਰ ਏਕ ਬਾਰ ਉਦਘੋਸ਼ ਹੋ ਜਾਏ, ਜੈ ਹਰਿਆਣਾ ਜੈ ਹਰਿਆਣਵੀ। ਜੈ ਹਰਿਆਣਾ ਜੈ ਹਰਿਆਣਵੀ। ਜੀ ਹਾਂ। ਜਾਨੂ ਰਾਖੀ ਜੀ, ਆਪ ਥੋੜ੍ਹਾ ਸਾ ਬਤਾਏ ਆਪਣੇ ਬਾਰੇ ਮੇਂ ਕਿ ਆਪ ਕਿਆ ਕਰਤੇ ਹੈਂ ਔਰ ਕਿਤਨੇ ਸਾਲ ਸੇ ਇੰਡਸਟਰੀ ਮੇਂ ਹੈਂ। ਸਰ ਇਸ ਲਾਈਨ ਮੇਰੇ ਕੋ ਕਰੀਬਨ 8 ਸਾਲ ਹੋ ਗਏ ਹੈਂ। ਮੈਂ ਸਿੰਗਿੰਗ ਵੀ ਕਰਤਾ ਹੂੰ, ਰਾਈਟਿੰਗ ਵੀ ਕਰਤਾ ਹੂੰ ਔਰ ਐਕਟਿੰਗ ਵੀ, ਯਾਨੀ ਆਲ ਰਾਊਂਡਰ। ਆਜ ਹਮਾਰੇ ਬੀਚ ਮੇਂ ਹੈ ਮਲਟੀ ਟੈਲੈਂਟਡ ਪਰਸਨੈਲਿਟੀ ਜਾਨੂ ਰਾਖੀ ਜੀ, ਜੋ ਸਿੰਗਿੰਗ ਵੀ ਕਰਤੇ ਹੈਂ, ਰਾਈਟਿੰਗ ਵੀ ਕਰਤੇ ਹੈਂ ਔਰ ਡਾਇਰੈਕਸ਼ਨ ਵੀ, ਐਕਟਿੰਗ ਔਰ ਡਾਇਰੈਕਸ਼ਨ ਦੋਨੋਂ ਕਰਤੇ ਹੈਂ। ਤੋ ਮਲਟੀ ਟੈਲੈਂਟਡ ਪਰਸਨੈਲਿਟੀ ਆਜ ਹਮਾਰੇ ਬੀਚ ਮੇਂ ਹੈ ਜਾਨੂ ਰਾਖੀ ਜੀ। ਜਾਨੂ ਜੀ, ਆਪਕਾ ਯੇ ਮਿਊਜ਼ੀਕਲ ਸਫ਼ਰ ਕੈਸੇ ਸ਼ੁਰੂ ਹੁਆ? ਸਰ ਛੋਟੇ ਸੇ ਥੇ, ਜਬ ਹਮ ਪਹਿਲੀ ਵਾਰ ਰਾਜੇਸ਼ ਸਿੰਘ ਪੁਰਾ ਮੇਰੇ ਗੁਰੂ ਜੀ ਹੈ, ਉਨਕਾ ਇੱਕ ਨਾਟਕ ਆਇਆ ਥਾ ਸੰਦੂਕ ਮੇਂ ਬੰਦੂਕ, ਸੰਦੂਕ ਮੇਂ ਬੰਦੂਕ। ਹਾਂ, ਉਸਸੇ ਪਹਿਲੇ ਜੈਸੇ ਹਮ ਸਕੂਲ ਮੇਂ ਜਾਤੇ ਥੇ, ਖਾਲੀ ਜਬ ਵੀ ਖਾਲੀ ਘੰਟੀ ਹੋਤੀ ਥੀ, ਬੈਠ ਕੇ ਐਸੇ ਲਿਖਣਾ, ਐਸੇ ਗੁਣਗੁਣਾਉਣਾ, ਸਕੂਲ ਸੇ ਆਤੇ ਥੇ ਮਿਊਜ਼ਿਕ ਚਲਾਉਣਾ, ਉਸ ਪੇ ਹੀ ਖਾਣਾ ਖਾਣਾ, ਨਹਾਤੇ ਥੇ ਮਿਊਜ਼ਿਕ ਚਲਾਉਣਾ, ਉਸ ਪੇ ਹੀ ਨਹਾਉਣਾ, ਕੁਛ ਵੀ ਕਰਦਾ ਨਹੀਂ, ਮਿਊਜ਼ਿਕ ਮੇਂ ਇਹ ਗੁਣ ਮਿਲਤਾ। ਲੇਕਿਨ ਸੋਚਾ ਨਹੀਂ ਥਾ ਕਿ ਮੈਂ ਸਿੰਗਿੰਗ ਵੀ ਕਰੂੰਗਾ, ਇਸ ਲਾਈਨ ਮੇਂ ਆਊਂਗਾ। ਤੋ ਜਬ ਮੈਨੇ ਗੁਰੂ ਜੀ ਕਾ ਨਾਟਕ ਆਇਆ ਰਾਜੇਸ਼ ਸਿੰਘ ਪੁਰੀਆ ਜੀ ਕਾ ਸੰਦੂਕ ਮੇਂ ਬੰਦੂਕ, ਜਬ ਮੈਨੇ ਉਹ ਨਾਟਕ ਦੇਖਾ, ਜਬ ਮੇਰੇ ਦਿਲ ਮੇਂ ਕੁਛ ਐਸੀ ਬਾਤ ਹੋਈ ਕਿ ਹਾਂ ਹਰਿਆਣਾ ਮੇਂ ਕੁਛ ਆਇਆ। ਤੋ ਮੈਂ ਉਨਸੇ ਜਾ ਕੇ ਮਿਲਾ, ਤੋ ਉਹਨੇ ਮੇਰੇ ਕੋ ਮੌਕਾ ਦਿਆ, ਮੇਰੇ ਸੇ ਐਕਟਿੰਗ ਕਰਵਾ ਕੇ ਦੇਖੀ, ਤੋ ਫਿਰ ਉਹਨਾਂ ਨੇ ਮੇਰੇ ਕੋ ਸਲੈਕਟ ਕੀਆ ਔਰ ਮੈਂ 7-8 ਸਾਲ ਗੁਰੂ ਜੀ ਕੇ ਪਾਸ ਰਿਹਾ ਹੂੰ। ਅਬ 2 ਸਾਲ ਸੇ ਖੁਦ ਗਾਣੇ ਲਗਾ ਹੂੰ ਆਪਣੇ। ਹਾਂ, ਗੁਰੂ ਜੀ ਕਾ ਹੈ ਜੋ ਕੁਛ, ਰਾਜੇਸ਼ ਸਿੰਘ ਪੁਰੀਆ ਜੀ ਕੀ ਦੇਣ ਹੈ, ਜੋ ਵੀ ਉਹਨਾਂ ਨੇ ਮੇਰਾ ਪੂਰਾ ਸਾਥ ਪੂਰਾ ਸਹਿਯੋਗ ਆ, ਜੋ ਕੁਛ ਹੂੰ ਉਨਕੀ ਵਜ੍ਹਾ ਸੇ ਹੂੰ। ਤੋ ਯੂੰ ਕਹੀਏਗਾ ਕਿ ਪਿਛਲੇ 20-22 ਸਾਲ ਸੇ ਆਪ ਸਿੰਗਿੰਗ ਮੇਂ ਹੈ? 20-22 ਸਾਲ ਨੇ ਸਰ, ਮੇਰੇ ਕਰੀਬਨ 10 ਸਾਲ ਹੋ ਗਏ। ਲਗਭਗ 10 ਸਾਲ ਸੇ ਸਿੰਗਿੰਗ ਕਰੀਅਰ ਕੇ ਅੰਦਰ ਹੈ ਔਰ ਪਿਛਲੇ 10 ਸਾਲ ਸੇ ਲਗਾਤਾਰ ਗਾ ਰਹੇ ਹੈ ਔਰ ਬਹੁਤ ਹੀ ਫੇਮਸ ਪਰਸਨੈਲਿਟੀ ਜਾਨੂ ਰਾਖੀ ਜੀ। ਜਾਨੂ ਜੀ, ਆਪਕਾ ਨਾਮ ਥੋੜਾ ਸਾ ਟਿਪੀਕਲ ਹੈ ਪ੍ਰੋਨਾਂਸ ਕਰਨਾ, ਜਾਨੂ ਰਾਖੀ ਜੀ। ਇਸ ਨਾਮ ਕੇ ਪਿੱਛੇ ਕੋਈ ਐਸਾ ਕੁਛ ਕਹਾਣੀ ਹੈ? ਆਪਕਾ ਨਾਮ, ਮੈਨੂੰ ਲੱਗਤਾ ਹੈ ਇਹ ਨਾਮ ਚੇਂਜ ਰਹਾ ਹੈ, ਮੈਨੂੰ ਲੱਗਤਾ ਹੈ ਇਹ ਨਾਮ ਆਪਕੋ ਹਰਿਆਣਵੀ ਇੰਡਸਟਰੀ ਨੇ ਦਿਆ ਹੈ। ਨਹੀਂ ਨਹੀਂ, ਇਹ ਫੈਮਿਲੀ ਨੇ ਹੀ ਦਿਆ ਹੈ। ਜੈਸੇ ਛੋਟਾ ਹਾ ਥਾ ਮੈਂ, ਗੋਲੂ ਮੋਲੂ ਥਾ, ਭਈਆ ਔਰ ਭਾਬੀ, ਜੈਸੇ ਉਹ ਹੀ ਮੇਰੇ ਕੋ ਬੋਲਦੇ ਜਾਨੂ 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 ਜਾਨੂ, ਤੋ ਉਹਨਾਂ ਨੇ ਜਾਨੂ ਨਾਮ ਪਕਾਇਆ ਥਾ। ਵੈਸੇ ਜਾਨੂ ਸ਼ਰਮਾ ਹੈ, ਪਹਿਲੇ ਐਲਬਮ ਆਤੀ ਜਾਨੂ ਸ਼ਰਮਾ ਕੇ ਨਾਮ ਸੇ। ਤੋ ਫਿਰ ਗੁਰੂ ਜੀ ਨੇ ਹੀ ਮੁਝੇ ਇਹ ਸਿਖਾ ਦੀ ਕਿ ਆਪਣੇ ਗਾਓ ਕਾ ਨਾਮ ਪਿੱਛੇ ਲਗਾਓ, ਤੋ ਫਿਰ ਮੈਨੇ ਸ਼ਰਮਾ ਕਾਟ ਕੇ ਪਿੱਛੇ ਰਾਖੀ ਲਗਾ ਦਿਆ, ਜਾਨੂ ਰਾਖੀ। ਠੀਕ ਹੈ ਜਾਨੂ ਜੀ, ਜੋਕਸ ਅਪਾਰਟ, ਅਗਰ ਕਭੀ ਕਿਸੀ ਬੈਂਕ ਸੇ ਫੋਨ ਆਤਾ ਹੈ ਔਰ ਵੋ ਕਹਤੇ ਹੈ ਜਾਨੂ ਸੇ ਬਾਤ ਕਰਨੀ ਹੈ, ਤੋ ਆਪਕੋ ਕੈਸਾ ਲਗਤਾ ਹੈ? ਨਹੀਂ ਸਰ, ਮੈਂ ਤਾਂ ਸੁਣਤਾ ਹੀ ਰਹਿਤਾ ਹੂੰ, ਅਗਰ ਵੋ ਬੋਲਤੇ ਹਾਂ ਜਾਨੂ ਹੀ ਬੋਲ ਰਹਾ ਹੂੰ, ਬੋਲੂੰਗਾ। ਅੱਛਾ, ਜਾਨੂ ਸੇ ਬਾਤ ਕਰਨੀ ਹੈ, ਓਕੇ ਸਰ, ਇਟਸ ਅ ਜੋਕਸ ਅਪਾਰਟ। ਸਰ, ਇਸਕੇ ਇਲਾਵਾ ਆਪ ਕਿਆ ਕਰਤੇ ਹੈਂ, ਸਿੰਗਿੰਗ ਕੇ ਇਲਾਵਾ ਯਾ ਆਪ ਰਾਈਟਿੰਗ ਕੇ ਇਲਾਵਾ ਯਾ ਮਿਊਜ਼ਿਕ ਡਾਇਰੈਕਸ਼ਨ ਕੇ ਇਲਾਵਾ, ਆਪ ਐਕਟਿੰਗ ਕੇ ਇਲਾਵਾ, ਇਸਕੇ ਇਲਾਵਾ ਕਿਆ ਕਰਤੇ ਹੈਂ? ਸਰ ਭਈਆ ਜੈਸੇ ਪ੍ਰੋਪਰਟੀ ਡੀਲਰ ਕਾ ਕਾਮ ਕਰਤੇ, ਫਾਈਨੈਂਸ ਕਾ ਕਾਮ ਕਰਤੇ ਹੈਂ, ਖੇਤੀ ਬਾੜੀ ਵੀ ਹੈ ਘਰ ਕੀ, ਜ਼ਮੀਨ ਅੱਛੀ ਜ਼ਮੀਨ ਹੈ, ਫਰੀ ਹੋਤੇ ਹੈ ਤੋ ਖੇਤੋਂ ਮੇਂ ਉਨਕਾ ਹਾਥ ਵੀ ਬਟਾਤੇ ਹੈਂ ਯਾ ਆਫਿਸ ਮੇਂ ਉਨਕਾ ਹਾਥ ਬਟਾਤੇ ਹੈਂ। ਬਾਕੀ ਇਸ ਲਾਈਨ ਮੇਂ ਜਬ ਸੇ ਸੋਨੋ ਟੈਕਸ ਸੇ ਜੁੜੇ ਹੈਂ 2 ਸਾਲ ਹੋ ਗਏ, ਇਨਹੋਂ ਟਾਈਮ ਹੀ ਨਹੀਂ ਦਿਆ, ਮਤਲਬ ਇਤਨਾ ਕਾਮ ਦੇ ਰੱਖਾ ਮੇਰੇ ਕੋ, ਕਾਮ ਪੇ ਕਾਮ, ਕਾਮ ਪੇ ਕਾਮ, ਫਰੀ ਛੋੜਤੇ ਨਹੀਂ ਬਿਲਕੁਲ ਵੀ। ਜਾਨੂ ਰਾਖੀ ਜੀ, ਪਿਛਲੇ 10 ਸਾਲ ਸੇ ਮਿਊਜ਼ਿਕ ਮੇਂ ਤਲੀਨਤਾ ਕੇ ਸਾਥ ਵਿਅਸਤ ਹੈ, ਯਾ ਯੂੰ ਕਹੀਏਗਾ ਕਿ 24 ਆਵਰਸ, ਇੱਕ ਦਿਨ ਮੇਂ 24 ਘੰਟੇ ਹੋਤੇ ਹੈ, ਤੋ 18 ਸੇ 20 ਘੰਟੇ ਯੇ ਮਿਊਜ਼ਿਕ ਹੀ, ਮਿਊਜ਼ਿਕ ਕੇ ਕੰਜ਼ਿਊਮ ਕਰਤੇ ਹੈ, ਮਿਊਜ਼ਿਕ ਹੀ ਇਨਹੇਲ ਕਰਤੇ ਹੈ। ਤੋ ਇਤਨੇ ਮਿਊਜ਼ਿਕਲ ਲੋਗ ਆਜ ਹਮਾਰੇ ਬੀਚ ਮੇਂ ਹੈ ਜਾਨੂ ਜੀ, ਕੋਈ ਆਪਕਾ ਕੋਈ ਖਾਸ ਗਾਣਾ ਜੋ ਆਪਨੇ ਗਾਇਆ ਹੋ, ਬਹੁਤ ਹੀ ਫੇਮਸ ਗਾਣਾ ਹੋ, ਉਸ ਗਾਣੇ ਕੀ 2 ਲਾਈਨੇ ਮੈਂ ਚਾਹਤਾ ਹੂੰ ਕਿ ਆਪ ਆਪਣੇ ਵਿਊਅਰਸ ਕੋ ਥੋੜਾ ਸਾ ਗਾ ਕੇ ਬਤਾਏ। ਸਟਰੋਂਗ ਆਇਆ ਮੇਰਾ, ਅੱਛਾ ਰਿਸਪੌਂਸ ਹੈ, ਸ਼ੌਂਕ ਮੂਛ ਡਾਡੀ ਕਾ, ਉਸਕੀ ਲਾਈਨ ਸੁਣਾਏਗਾ ਆਪਕੋ ਜ਼ਰੂਰ, ਅਭੀ ਸੋਨੋ ਟੈਕ ਮੇਂ ਰਿਲੀਜ਼ ਹੁਆ ਹੈ, ਉਸਕੇ ਕੁਛ ਬੋਲ ਐਸੇ ਹੈਂ। ਰਾਮ ਰਾਮ ਮੈਂ ਕਰਕੇ ਚਲੂ ਮੇਰਾ ਗਾਮ ਗੁਹਾਂਡ ਮੈਂ ਰੁਕਾ, ਰਾਮ ਰਾਮ ਮੈਂ ਕਰਕੇ ਚਲੂ ਮੇਰਾ ਗਾਮ ਗੁਹਾਂਡ ਮੈਂ ਰੁਕਾ, ਪਹਿਲਾ ਸ਼ੌਂਕ ਮੇਰਾ ਡਾਡੀ ਮੂਛ ਕਾ, ਦੂਜਾ ਪੀਣਾ ਹੁੱਕਾ, ਪਹਿਲਾ ਸ਼ੌਂਕ ਮੇਰਾ ਡਾਡੀ ਮੂਛ ਕਾ, ਦੂਜਾ ਪੀਣਾ ਹੁੱਕਾ। ਅੱਜ ਕੱਲ੍ਹ ਜੋ ਹਰਿਆਣਾ ਮੈਂ, ਮਤਲਬ ਇਹ ਬਹੁਤ ਬੜੀਆ, ਬਹੁਤ ਬੜੀਆ। ਤੋ ਜੋ ਵੀ ਇਹ ਗਾਣੇ ਲਿਖਤੇ ਹੈ, ਜੋ ਵੀ ਇਹ ਡਾਇਰੈਕਸ਼ਨ ਕਰਤੇ ਹੈਂ, ਜੋ ਵੀ ਗਾਣੇ ਗਾਤੇ ਹੈਂ, ਵੋ ਟ੍ਰੈਂਡ ਕੇ ਅਕੋਰਡਿੰਗ ਗਾਤੇ ਹੈਂ। ਤੋ ਬਹੁਤ ਅੱਛਾ ਲਗਾ ਸਰ ਆਪਸੇ ਮਿਲ ਕੇ ਜਾਨੂ ਰਾਖੀ ਜੀ।